ਹਾਂਜੀ ਹਸ ਜੀ ਕਾ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਠੀਕ ਠਾਕ ਹੋਗੇ ਵਧੀਆ ਹੋਗੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰੇ ਮੇਰੇ ਵੀਰਾਂ ਨੂੰ ਹਾਸ ਦੇ ਵਾਸਤੇ ਰੋਜ਼ ਵਾਲੀ ਖੁਸ਼ੀ ਰਹੋ ਵੀਰ ਮੇਰੋ ਵੀ ਅੱਜ ਹੋ ਗਈ ਆ 24 24 ਨੌ 24 ਮਤਲਬ 24 ਸਤੰਬਰ 2024 ਦਿਨ ਹੋ ਗਿਆ ਮੰਗਲਵਾਰ ਬੈਂਤੀ 4 ਸਤੰਬਰ 2024 ਜਰਨਾਤਾ ਐ ਮਾਰਤੇ ਦੀ ਹਾਜ਼ਰਾਂ ਪਾ ਤੁਹਾਡੇ ਵਾਸਤੇ ਤੁਹਾਡੇ ਹੱਥੇ ਲੈ ਕੇ ਹਾਜ਼ਰਾਂ ਭਈ ਤੇ ਜੇ ਕਿਸੇ ਜਿਹਦੇ ਸਾਲ ਵਾਲੇ ਪੇਪਰ ਨਹੀਂ ਨਿਕਲੇ ਕੀ ਆਪਾਂ ਨੂੰ ਦੁਬਾਰਾ ਪੇਪਰ ਭਰਨ ਦੀ ਲੋੜ ਹੈਗੀ ਆ ਜਾਂ ਪੇਪਰ ਕਦੋਂ ਨਿਕਲਣਗੇ ਤੇ ਅਪਾਇੰਟਮੈਂਟ ਦੁਬਾਰਾ ਕਦੋਂ ਖੁੱਲਣਗੀਆਂ ਤੇ ਇੱਕ ਮੇ ਦਾ ਵੀਰ ਕਹਿੰਦਾ ਸੀਗਾ ਬਈ ਏਜੰਟ ਮੇਰਾ ਧੋਖਾ ਕਰ ਗਿਆ ਅਪਾਇੰਟਮੈਂਟ ਦੇ ਵਿੱਚ ਸਰਪੰਚ ਦਾ ਐਫੀਡਵਿਟ ਲੱਗਦਾ ਕਿ ਨਹੀਂ ਹਨਾ ਦਿੱਲੀ ਆਪਾਂ ਜਾਣਦੇ ਹਾਂ ਕਿੰਨੇ ਪੈਸੇ ਲੈ ਕੇ ਜਾਈਦੇ ਆਪਾਇੰਟਮੈਂਟ ਤੇ ਤੇ ਕਿੱਥੋਂ ਤੱਕ ਰੈਫਰੈਂਸ ਨੰਬਰ ਪਹੁੰਚ ਚੁੱਕਾ ਮੇ ਮੇ ਜੀ ਅਪਡੇਟ ਅਪਡੇਟ ਮੈਨੂੰ ਕਮੈਂਟਾਂ ਦੇ ਵਿੱਚੋਂ ਹੀ ਮੈਂ ਇਕੱਠੀ ਕਰਦਾ ਹੁੰਦਾ ਕਮੈਂਟਾਂ ਦੇ ਵਿੱਚੋਂ ਮੈਸੇਜਾਂ ਦੇ ਵਿੱਚੋਂ ਹਨਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਇੱਕ ਵੱਡੀ ਅਪਡੇਟ ਇਹ ਦੇ ਦਿੰਦਾ ਵੀ ਜਿਹੜਾ ਫੈਮਿਲੀ ਅਪਾਇੰਟਮੈਂਟ ਆ ਫੈਮਿਲੀ ਅਪਾਇੰਟਮੈਂਟਾਂ ਬਾਰੇ ਪੁੱਛ ਰਹੇ ਸੀ ਵੀਰ ਮੇਰੇ ਚੈੱਕ ਕਰ ਲਓ ਆਪੋ ਆਪਣੀਆਂ ਵੈਬਸਾਈਟਾਂ ਖੋਲ ਕੇ ਚੈੱਕ ਕਰ ਲਓ ਐ ਜਿਹੜੀ VFS ਗਲੋਬਲ ਦੀ ਵੈਬਸਾਈਟ ਦੇ ਉੱਤੇ ਜਾ ਕੇ ਫੈਮਿਲੀ ਰੀਯੂਨੀਅਨ ਦੀ ਜਿਹੜੀ ਅਪਾਇੰਟਮੈਂਟ ਆ ਤੁਸੀਂ ਬੁੱਕ ਕਰ ਸਕਦੇ ਆਂ ਖਬਰਾਂ ਰਿਕਾਰਡ ਕਰਨ ਤੱਕ ਖੁੱਲੀ ਸੀ ਖਬਰਾਂ ਰਿਕਾਰਡ ਕਰਨ ਤੱਕ ਫੈਮਿਲੀ ਅਪਾਇੰਟਮੈਂਟਾਂ ਜਿਹੜੀਆਂ ਓਪਨ ਸੀਗੀਆਂ ਦਿੱਲੀ ਦੀਆਂ ਮੈ ਰਹੀਆਂ ਸੀਗੀਆਂ ਦਿੱਲੀ ਜਲੰਧਰ ਵੀ ਮੈ ਰਹੀਆਂ ਸੀਗੀਆਂ ਫੇਰ ਨੋਟ ਕਰ ਲਓ ਵੀ ਫੈਮਿਲੀ ਅਪਾਇੰਟਮੈਂਟਾਂ ਜੇ ਹੋਰ ਖਬਰਾਂ ਰਿਕਾਰਡ ਕਰਨ ਤੱਕ ਮੈਂ ਰਾਤ ਦੇ 11 ਵਜੇ ਰਿਪੋਰਟਿੰਗ ਕਰ ਰਿਹਾ ਤੇ ਸਵੇਰੇ ਜਦੋਂ ਵੀਡੀਓ ਅਪਲੋਡ ਹੋਣੀ ਆ ਸਵੇਰੇ 4:00 ਵਜੇ ਹੋਣੀ ਆ ਤੇ ਤੁਸੀਂ ਚੈੱਕ ਕਰ ਲਿਓ ਜੇ ਖੁੱਲੀਆਂ ਹੋਈਆਂ ਤਾਂ ਤੁਸੀਂ ਚੈੱਕ ਸਕਦੇ ਆ ਹਨਾ ਕਿਉਂਕਿ ਮੈਂ ਲੇਟ ਹੋ ਗਿਆ ਮੇਰੇ ਤੋਂ ਸ਼ਾਰਟ ਵੀਡੀਓ ਨਹੀਂ ਬਣੇਗੀ ਟਾਈਮ ਨਹੀਂ ਸੀਗਾ ਨਹੀਂ ਤਾਂ ਮੈਂ ਉਸੇ ਟਾਈਮ ਵੀਡੀਓ ਬਣਾ ਲਈ ਸੀ ਜਦੋਂ ਖੁੱਲੀਆਂ ਸੀਗੀਆਂ ਕੱਲ ਸ਼ਾਮ ਦੀਆਂ ਖੁੱਲੀਆਂ ਹੋਊਗਾ ਇਹ ਹੀ ਫੈਮਿਲੀ ਅਪਾਇੰਟਮੈਂਟ ਆ ਤੇ ਮਿਲੀਆਂ ਸੀਗੀਆਂ ਅਕਤੂਬਰ ਨਵੰਬਰ ਦੀਆਂ ਦਸੰਬਰ ਦੀਆਂ ਅਕਤੂਬਰ ਨਵੰਬਰ ਦਸੰਬਰ ਦੀਆਂ ਤੇ ਤੁਸੀਂ ਚੈੱਕ ਕਰ ਸਕਦੇ ਆ ਇਹ ਤੁਸੀਂ ਅਪਾਇੰਟਮੈਂਟਾਂ ਫੈਮਿਲੀ ਅਪਾਇੰਟਮੈਂਟਾਂ ਚੈੱਕ ਕਰੀਆਂ ਇਹ ਨੂਲੇ ਉਸ ਤੇ ਵਾਲੀ ਹੋਰ ਹੁੰਦੀ ਹੈ ਇਹ ਜਿਹੜੀਆਂ ਨਾਰਮਲ ਆਪਦੀ ਈਮੇਲ ਆਈਡੀ ਬਣਾ ਕੇ ਵੈਬਸਾਈਟ ਦੇ ਉੱਤੇ ਉਹਦੇ ਉੱਤੋਂ ਚੱਕੜੀਆਂ ਨਾ ਕੇ ਨੂਲੇ ਉਸਤਿਆਂ ਵਾਲੀਆਂ ਚੱਕੜੀਆਂ ਫੈਮਿਲੀ ਅਪਾਇੰਟਮੈਂਟਾਂ ਹੋਰ ਆ ਨੂਲੇ ਉਸਤਿਆਂ ਵਾਲੀਆਂ ਹੋਰ ਆ ਤੇ ਹੁਣ ਚਲਦੇ ਆ ਨੂਲੇ ਉਸਤਿਆਂ ਨਾਲ ਨੂਲੇ ਉਸਤਿਆਂ ਦਾ ਅਪਾਇੰਟਮੈਂਟਾਂ ਦਾ ਜਿਹੜੀ ਅਜੇ ਵੀ ਬੰਦ ਆ ਰਹੀ ਹੈ 사이ਟ ਇਹਨਾਂ ਨੇ ਨਹੀਂ ਖੋਲੀ ਹੁਣ ਸਾਬ ਨੂੰ ਇੱਕ ਮੈਸੇਜ ਆ ਰਿਹਾ ਮੈਸੇਜ ਕੀ ਆ ਰਿਹਾ ਮੈਸੇਜ ਦੇ ਵਿੱਚ ਇਹ ਲਿਖਿਆ ਵੀ 26 ਜਿਹਦੀਆਂ ਅਪਾਇੰਟਮੈਂਟਾਂ ਰਿਜੈਕਟ ਹੋਈਆਂ ਉਹ ਐ 26 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੀਆਂ ਪਹਿਲਾਂ ਜਿਹੜੀਆਂ ਰੀ ਅਪਲੋਡ ਕਰ ਦਿਓ ਹਨਾ ਮੈਸੇਜ ਆ ਰਹੇ ਆ ਫੋਨ ਤੇ ਮੈਸੇਜ ਆ ਰਹੇ ਆ ਕੋਈ ਈਮੇਲ ਨਹੀਂ ਆ ਰਹੀ ਕੋਈ ਲਿੰਕ ਨਹੀਂ ਆ ਰਿਹਾ ਵੀ ਰੀ ਅਪਲੋਡ ਕਰ ਦਿਓ ਹੁਣ ਅਪਲੋਡ ਕਾਹਦੇ ਤੇ ਕਰਨ ਗਰੁੱਪਾਂ ਦੇ ਵਿੱਚ ਵੀ ਇਹ ਇਸੇ ਚੱਕਰਾਂ ਦੇ ਵਿੱਚ ਪਏ ਹੋਏ ਆ ਵੀ ਹੁਣ ਅਪਲੋਡ ਕਾਹਦੇ ਤੇ ਕਰਨ ਚਲੋ ਠੀਕ ਆ ਆਪੋ ਆਪਣਾ ਜਗਾਰ ਲਾ ਰਹੇ ਆ ਸਾਰੇ ਮੈਂ ਇੱਕ ਹੀ ਜਗਾਰ ਲਾਇਆ ਵੀਰ ਮੇਰੇ ਕੱਲ ਸ਼ਾਮ ਨਮਾ ਆ ਕਿ ਮੇਰੀ ਵੀ ਇੱਕ ਰਿਜੈਕਟ ਹੋਈ ਹੋਈ ਸੀ ਅਪਾਇੰਟਮੈਂਟ ਮੈਂ ਇੱਕ ਹੀ ਜਗੜ ਲਾਇਆ ਜਿਹੜੀ ਰਿਜੈਕਟ ਹੋਈ ਸੀ 18000 ਰੈਫਰੈਂਸ ਨੰਬਰ ਸੀਗਾ ਮੇਰਾ 18000 ਕੁਛ ਹਨਾ ਉਹ ਰਿਜੈਕਟ ਹੋ ਗਈ ਸੀ ਮਿਸਮੈਚਿੰਗ ਕਰਕੇ ਉਹ ਫਿਰ ਮੈਂ ਬੀਤੇ ਕੱਲ ਖਬਰਾਂ ਰਿਕਾਰਡ ਕਰਨ ਤੋਂ ਪਹਿਲਾਂ ਆ ਵੀਡੀਓ ਰਿਕਾਰਡ ਕਰਨ ਤੋਂ ਪਹਿਲਾਂ ਮੈਂ ਉਹ ਅਪਾਇੰਟਮੈਂਟ ਚੈੱਕ ਲਈ ਆ ਮਤਲਬ ਵੈਬ ਫਾਰਮ ਭਰਤਾ ਭਰਿਆ ਕਿਦਾਂ ਥੋੜਾ ਜਿਹਾ ਧਿਆਨ ਦਿਮਾਗ ਲੜਾਇਆ ਕਰੋ ਤੁਸੀਂ ਵੀ ਸਾਰੇ ਸਾਰਾ ਬਾਇਓ ਡਾਟਾ ਨਾ ਇਕੱਠਾ ਕਰਕੇ ਰੱਖਿਆ ਕਰੋ ਪੀਡੀਐਫ ਤੇ ਪੀਡੀਐਫ ਵੀ ਕੋਈ ਹੋਰ ਟਾਈਪ ਦਾ ਪੀਡੀਐਫ ਬਣਾ ਲਿਆ ਕਰੋ ਫੈਲ ਉਹੀ ਹੋਵੇ ਪਾਸਪੋਰਟ ਤੇ ਨੂਲਾ ਉਸਤਾ ਹਨਾ ਪੀਡੀਐਫ ਛੋਟਾ ਬਣਾ ਲਿਆ ਜ ਵੱਡਾ ਬਣਾ ਦਾ ਸਹਜ ਵੱਧ ਘੱਟ ਕਰ ਲਿਆ ਇਸ ਤਰ੍ਹਾਂ ਦਾ ਕੁਝ ਕਰਕੇ ਰੱਖੋ ਤੇ ਜਦੋਂ ਤੁਸੀਂ ਕਲਿੱਕ ਕਰਨਾ ਪਹਿਲਾਂ ਤਾਂ ਦੇਖੋ ਈ ਓਟੀਪੀ ਮੰਗਦੇ ਆ ਇੱਕ ਵੈਲਿਡ ਈਮੇਲ ਭਰ ਕੇ ਹਨਾ ਜੇ ਨਾ ODP ਆ ਜਾਂਦੀ ਆ ODP ਆ ਜਾਂਦੀ ਆ ਤੇ ਉਹਦੇ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ODP ਲੈਣਾ ਵਾਸਤੇ ਇੱਕ ਵੱਖਰੀ ਈਮੇਲ ਭਰੋ ਜਿਹੜੀ ਤੁਸੀਂ ਪਹਿਲਾਂ ਕਦੇ ਨਹੀਂ ਭਰੀ ਜਿਹੜੀ ਵੱਖਰੀ ਈਮੇਲ ਭਰੋ ਜਿਹਦੇ ਤੇ ਮੇਲ ਆ ਜੇ ਤੁਹਾਨੂੰ OTP ਆ ਜੇ ਉਹ ਭਰੋ ਉਸ ਤੋਂ ਬਾਅਦ ODP ਜਦੋਂ ਆ ਗਈ ਤੁਹਾਡਾ ਵੈਬ ਫਾਰਮ ਖੋਲ੍ਹ ਜਾਨਾ ਉਹਦੇ ਉੱਤੇ ਲਿਖਿਆ ਹੋਊਗਾ 15 ਦਿਨਾਂ ਦਾ ਮੈਂ ਤੁਹਾਨੂੰ ਹੁਣ ਆਪਦੀ ਜਿਹੜੀ ਮੈਂ ਹੁਣ ਕਰਕੇ ਹੈ ਟੈਪਾਇੰਟ ਮੇਰੇ ਨੂਲੇ ਉੱਤੇ ਦੇ ਹਜੇ 2 ਮਹੀਨੇ ਰਹਿੰਦੇ ਆ ਦੋ ਮਿੰਟ ਤਾਂ ਵਾਧ ਹੀ ਰਹਿੰਦੇ ਆ 15 ਦਿਨਾਂ ਦਾ ਲਿਖਿਆ ਹੋਣਾ ਤੇ ਜੇ ਉਹ ਤੁਸੀਂ ਉਹਦੀ ਡਿਟੇਲ ਖੁੱਲ ਗਈ ਸਾਰਾ ਹੀ ਵੈਬ ਫਾਰਮ ਖੁੱਲ ਜਾਣਾ ਇਹ ਸਾਰਿਆਂ ਦੇ ਨਹੀਂ ਖੁੱਲਦਾ ਮੈਂ ਤੁਹਾਨੂੰ ਐਵੇਂ ਕਹਦੇ ਆ ਵੀ ਸਾਰਿਆਂ ਦੇ ਨਹੀਂ ਖੁੱਲਦਾਗਾ ਇਹ ਮੈਂ ਇੱਕ ਹੋਰ ਚੱਕਰ ਦੀ ਕੋਸ਼ਿਸ਼ ਕੀਤੀ ਆ ਉਹਦੇ ਨਹੀਂ ਖੁੱਲਿਆ ਇਹ ਖਾਸ ਕਰਕੇ ਉਹਨਾਂ ਦੇ ਖੁੱਲਦਾ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਰਿਜੈਕਟ ਹੋਈਆਂ ਹੋਈਆਂ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਰਿਜੈਕਟ ਹੋਈਆਂ ਉਹਨਾਂ ਦੇ ਇਹ ਫਾਰਮ ਖੁੱਲਦਾ ਤੇ ਉੱਤੇ ਜਰੂਰ ਲਿਖਿਆ ਹੁੰਦਾ 15 ਦਿਨਾਂ ਦਾ ਆਪਾਂ ਉਹਨੂੰ ਭੁੱਲ ਜਿਓ ਥੱਲੇ ਆਪਦੀ ਡਿਟੇਲ ਭਰ ਦਿਓ ਡਿਟੇਲ ਭਰੋਗੇ ਡਿਟੇਲ ਦੇ ਵਿੱਚ ਤੁਸੀਂ ਫੋਨ ਨੰਬਰ ਵੀ ਟਰਾਈ ਕਰਨਾ ਕਿ ਫੋਨ ਨੰਬਰ ਵੀ ਵੱਖ ਭਰਨਾ ਜਿਹੜੀ ਈਮੇਲ ਆਈਡੀ ਆ ਈਮੇਲ ਆ ਆਈਡੀ ਵੀ ਵੱਖ ਭਰਨੀ ਆ ਹੋਰ ਭਰਨੀ ਆ ਠੀਕ ਆ ਉਸ ਤੋਂ ਬਾਅਦ ਨੂਲਾ ਉਸਤਾ ਤੇ ਪਾਸਵਰਡ ਉਹਦਾ ਪੀਡੀਐਫ ਜਿਹੜਾ ਬਣਿਆ ਹੋਇਆ ਤੁਹਾਡੇ ਕੋਲੇ ਉਹ ਵੀ ਹੋ ਸਕੇ ਤਾਂ ਉਹਨੂੰ ਰੀਨੇਮ ਕਰਕੇ ਮਤਲਬ ਉਹਦਾ ਨਾਮ ਚੇਂਜ ਕਰਕੇ ਪੀਡੀਐਫ ਦਾ ਨਾਮ ਚੇਂਜ ਕਰਕੇ ਉਹਨਾਂ ਇੱਕ ਹੀ ਪੀਡੀਐਫ ਮਤਲਬ ਨੂਲੇ ਉਸੇ ਦੇ ਦੋ ਪੇਜ ਹੁੰਦੇ ਜਾਂ ਇੱਕ ਪੇਜ ਵਾਲਾ ਉਹ ਤੇ ਪਾਸਪੋਰਟ ਇੱਕ ਪੇਜ ਦਾ ਉਹਦਾ ਪੀਡੀਐਫ ਉਹ ਅਪਲੋਡ ਕਰਕੇ ਤੁਸੀਂ ਕਲਿੱਕ ਕਰੋਗੇ ਤਾਂ ਹੋ ਜਾਣਾ ਜਿਨ੍ਹਾਂ ਦੇਗਾ ਰਿਜੈਕਟ ਹੋਈਆਂ ਆ স্পੈਸ਼ਲ ਉਹਨਾਂ ਵਾਸਤੇ ਆ ਜਿਨ੍ਹਾਂ ਦੇਗਾ ਰਿਜੈਕਟ ਹੋਈਆਂ ਜਾਂ ਜਿਨ੍ਹਾਂ ਦੇ ਨੂਲੇ ਉਸ ਤੇ ਐਕਸਪਾਇਰ ਹੋ ਚੁੱਕੇ ਆ ਉਹ ਮੇਰੇ ਵੀਰ ਇਸ ਹਿਸਾਬ ਨਾਲ ਟਰਾਈ ਕਰਿਓ ਜੇ ਹੋ ਸਕੇ ਤਾਂ ਮੈਂ ਕੱਲ ਨੂੰ ਵੀਡੀਓ ਰਿਕਾਰਡਿੰਗ ਕਰਕੇ ਸਕਰੀਨ ਰਿਕਾਰਡਿੰਗ ਕਰਕੇ ਵੀ ਵਿਖਾਉਂਗਾ ਪਰ ਅੱਜ ਮੈਂ ਵੀ ਇੰਨਾ ਕਰ ਨਹੀਂ ਸਕੇ ਕਿਉਂਕਿ ਮੈਂ ਵੀ ਜਲਦਬਾਜ਼ੀ ਦੇ ਵਿੱਚ ਸੀਗਾ ਮੈਂ ਆਹ ਵੀਡੀਓ ਰਿਕਾਰਡ ਕਰਨ ਤੋਂ ਪਹਿਲਾਂ ਇਹ ਅਪਾਇੰਟਮੈਂਟ ਹੀ ਚੱਕੀ ਹੈ ਤੇ ਮੈਨੂੰ ਨੰਬਰ ਰੈਫਰੈਂਸ ਨੰਬਰ ਜਿਹੜਾ ਮਿਲਿਆ 345000 ਪਲੱਸ ਮਿਲਿਆ 345000 ਪਲੱਸ ਚਲੋ ਦੇ ਰਾਏ ਦਰੋਸਤਾਂ ਜੇ ਕਿੱਥੇ 18000 ਨੰਬਰ ਸੀਗਾ ਤੇ ਹੁਣ 345000 ਤੇ ਮੈਨੂੰ ਰੈਫਰੈਂਸ ਨੰਬਰ ਮਿਲਿਆ ਦੇਖਦੇ ਆ ਉਸ ਤੋਂ ਪਹਿਲਾਂ ਦੇ ਦੇਣਾ ਪਹਿਲਾਂ ਦੇ ਦਿੰਦੇ ਐਪੌਇੰਟਮੈਂਟ ਤੇ ਇਦਾਂ ਦਾ ਸਿਸਟਮ ਆ ਦੋਸਤੋ ਵੀ ਇਹਨਾਂ ਦਾ ਕੋਈ ਪਤਾ ਨਹੀਂ ਕੋਈ ਇਹਨਾਂ ਦਾ ਮੂਹ ਨਹੀਂ ਸਿਰ ਨਹੀਂ ਵੀ ਹੈ ਪੈਸੇ ਲੈਣ ਦਾ ਵੀ ਕਿਹੜੇ ਪਾਸਿਓਂ ਇਹ ਕੰਮ ਚੱਕਦੇ ਆ ਕਿਹੜੇ ਪਾਸਿਓਂ ਫੜਦੇ ਆ ਹੁਣ ਜਿਨ੍ਹਾਂ ਦੀਆਂ ਐਪੌਇੰਟਮੈਂਟਾਂ ਕ੍ਰੋਸ ਕਰ ਚੁੱਕੀਆਂ ਨੰਬਰ ਮੇਰੀ ਇੱਕ ਹੋਰ ਅਪਾਇੰਟਮੈਂਟ ਸੀਗੀ ਯਾਰ ਦੋਸਤ ਦੀ 53000 ਕੁਛ ਨੰਬਰ ਸੀਗਾ ਦਿੱਲੀ ਦਿੱਲੀ ਦਾ ਤੇ ਹੁਣ ਅੱਜ ਦਾ ਮੇਰੇ ਕੋਲ ਮੈਂ ਹਜੇ ਨਾ ਗਰੁੱਪ ਖੋਲਕੇ ਵੇਖਿਆ ਨਾ ਮੇਰੇ ਕੋਲ ਮੈਸੇਜ ਆਇਆ ਕੋਈ ਵੀ ਕਿੱਥੇ ਨੰਬਰ ਚੱਲ ਰਿਹਾ ਸੋ ਮੇਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਬਈ ਦਿੱਲੀ ਦੀ ਅਪਾਇੰਟਮੈਂਟ ਕਿੱਥੋਂ ਤੱਕ ਦਾ ਰੈਫਰੈਂਸ ਨੰਬਰ ਮਿਲ ਚੁੱਕੀ ਆ ਜਲੰਧਰ ਦੀ ਜਾਂ ਚੰਡੀਗੜ੍ਹ ਦੀ ਕਿਉਂਕਿ ਤੁਹਾਡੀ ਜਾਣਕਾਰੀ ਮੈਂ ਤੁਹਾਡੇ ਨਾਲ ਹੀ ਸ਼ੇਅਰ ਕਰਨੀ ਹੁੰਦੀ ਆ ਠੀਕ ਹੈ ਨਾ ਮੈਂ ਕੋਈ ਅੰਬੈਸੀ ਦੇ ਵਿੱਚ ਨਹੀਂ ਪੜਦਾ ਮੈਂ ਆਪ ਇਟਲੀ ਦੇ ਵਿੱਚ ਕੰਮ ਕਰਦਾ ਜੇ ਤੁਸੀਂ ਮੈਨੂੰ ਦੱਸੋਗੇ ਤੇ ਮੈਂ ਉਹ ਹੀ ਜਾਣਕਾਰੀ ਤੁਹਾਡੇ ਨਾਲ ਹੀ ਸ਼ੇਅਰ ਕਰ ਦਿੰਦੀ ਆ ਤਾਂ ਕਿ ਸਾਰੇ ਮੇਰੇ ਵੀਰਾਂ ਨੂੰ ਪਤਾ ਲੱਗ ਸਕੇ ਵੀ ਕਿੱਥੇ ਤੱਕ ਨੰਬਰ ਕਿਹੜੀ ਅੰਬੈਸੀ ਦਾ ਚੱਲ ਰਿਹਾ ਸੋ ਇਹ ਮੇਨ ਜਾਂ ਟੋਟਕਾ ਟੋਟਕਾ ਵੀ ਨਹੀਂ ਤੁਸੀਂ ਟਰਾਈ ਕਰ ਸਕਦੇ ਆ ਮੈਨੂੰ ਪਤਾ ਬਈ ਬਹੁਤ ਮੇਰੇ ਵੀਰ ਆ ਜਿਹੜੇ ਨਹੀਂ ਉਹਨਾਂ ਨੂੰ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ ਮਾਕੜ ਬੰਦੇ ਇਹਨਾਂ ਆਪਾਂ ਕਹਿੰਦੇ ਆ ਨਹੀਂ ਪਤਾ ਲੱਗਦੇ ਇਹਨਾਂ ਚੀਜ਼ਾਂ ਦਾ ਪਰ ਕੀ ਕਰ ਸਕਦੇ ਆ ਤੁਸੀਂ ਆਪੋ ਆਪਣੇ ਏਜੰਟਾ ਜਿਹੜੇ ਜਿੰਨਾਂ ਤੋਂ ਅਪਾਇੰਟਮੈਂਟ ਬੁੱਕ ਕਰਾਉਣੀ ਆ ਉਹਨਾਂ ਨੂੰ ਦੱਸੋ ਵੀ ਵੀ ਐਂ ਕਰਕੇ ਆਹ ਗੱਲ ਏਜੰਟ ਵੀ ਸੁਣ ਰਹੇ ਹੋਣਗੇ ਮੈਨੂੰ ਹਨਾ ਕਿਉਂਕਿ ਆਪਣੇ ਆ ਸਾਰੇ ਜੁੜੇ ਆ ਏਜੰਟ ਨਹੀਂ ਆਪਾਂ ਨੂੰ ਕਹਿੰਦੇ ਏਜੰਸੀਆਂ ਕਹਿੰਦੇ ਆ ਏਜੰਸੀਆਂ ਕਹਿੰਦੇ ਆ ਏਜੰਟ ਵੀ ਹੁੰਦੇ ਆ ਏਜੰਸੀਆਂ ਕੋਈ ਏਜੰਸੀ ਕਹਿੰਦਾ ਮਤਲਬ ਜਿਹਦੀ ਕੰਮਕਾਰ ਚਲਾਇਆ ਹੋਇਆ ਇਹ ਕੰਮ ਕਰਦੇ ਆ ਅਪਾਇੰਟਮੈਂਟਾਂ ਦਾ ਟਿਕਟਾਂ ਦਾ ਹਨਾ ਸਾਰਾ ਕੁਝ ਇੱਕ ਏਜੰਟ ਕਹਿਣਾ ਜੇ ਆਪਾਂ ਕਹਿੰਦੇ ਹਾਂ ਏਜੰਟ ਏਜੰਟ ਵੀਰ ਮੇਰਾ ਏਜੰਟ ਕਹਿਣਾ ਏਜੰਡਰ ਦਾ ਨਾਮ ਇੱਕ ਕਈ ਨਾ ਕਿ ਅ ਪੱਦਾਉ ਚੁੱਕਿਆ ਵੀ ਏਜੰਟ ਕਹਿੰਦੇ ਆ ਬੰਦੇ ਨੂੰ ਸ਼ਰਮ ਆਉਂਦੀ ਆ ਜੇ ਆਪਾਂ ਏਜੰਸੀ ਕਹਿੰਨੇ ਆ ਫਿਰ ਬਹੁਤ ਵਧੀਆ ਲੱਗਦਾ ਸੋ ਏਜੰਸੀ ਤੋਂ ਬਿਨਾ ਏਜੰਟਰ ਤੋਂ ਬਿਨਾ ਜਿਵੇਂ ਕਹਿੰਦੇ ਬੇੜੀ ਮਲਾ ਬਿਨਾ ਨਹੀਂ ਚੱਲਦੀ ਖਣੀ ਚੱਪੂ ਬਿਨਾ ਉਹ ਕੰਮ ਹੋ ਜਾਂਦਾ ਵੀ ਨਹੀਂ ਚੱਲਦੀ ਏਜੰਟ ਤੋਂ ਬਿਨਾ ਬੇੜੀ ਨਹੀਂ ਚੱਲਦੀਗੀ ਬਾਹਰ ਆਉਂਦੀ ਕਿਸੇ ਵੀ ਕੰਮ ਚਾਹ ਪਾਸਵਰਡ ਬਣਾਉਣ ਤੋਂ ਲੈ ਕੇ ਤੇ ਬਾਹਰ ਆਉਣ ਤੱਕ ਸਾਰਾ ਕੰਮ ਏਜੰਸੀਆਂ ਦੇ ਹੱਥੀ ਹੁੰਦਾ ਅੱਛਾ ਅੱਗੇ ਕਮੈਂਟ ਪੜ੍ਹਦੇ ਆਂ ਵੀ ਸਾਲਾਂ ਦੇ ਪੇਪਰ ਨਹੀਂ ਨਿਕਲੇ ਆਪਣੂੰ ਦੁਬਾਰਾ ਭਰਨੇ ਪੈਣਗੇ ਕਿ ਨਹੀਂ ਵੀਰ ਮੇਰੇ ਜੇ ਸਾਲਾਂ ਦੇ ਪੇਪਰ ਹਜੇ ਤੱਕ ਨਹੀਂ ਨਿਕਲੇ ਪਹਿਲੀ ਗੱਲ ਤਾਂ ਤੁਸੀਂ ਹਜੇ ਵੇਟ ਕਰੋ ਦੂਸਰੀ ਗੱਲ ਵੀ ਜੇਕਰ ਨਹੀਂ ਨਿਕਲੇ ਜਦੋਂ ਦੁਬਾਰਾ ਫਲੂਸੀ ਖੁੱਲਦੀ ਆ ਉਹਦੇ ਵਿੱਚ ਵੀ ਆਪ ਦੇ ਪੇਪਰ ਕਲਿੱਕ ਜਰੂਰ ਕਰਵਾ ਦਿਓ ਉਸੇ ਮਾਲਕ ਤੋਂ 100% ਚਾਂਸ ਇਹ ਆ ਵੀ ਜਦੋਂ ਤੁਸੀਂ ਪੇਪਰ ਦੁਆਰਾ ਭਰਤੇ ਪਹਿਲੇ ਪੇਪਰ ਤੁਹਾਡੇ ਨਿਕਲੇ ਆਉਣੇ ਆ ਕਿਉਂਕਿ ਪਹਿਲਾਂ ਫੇਲਾਂ ਚੱਕ ਚੱਕੀਆਂ ਜਾਂਦੀਆਂ ਹਰ ਸਾਲ ਇਦਾਂ ਹੀ ਹੁੰਦੀ ਆਈ ਆ ਕਿਉਂਕਿ 3-4 ਸਾਲ ਹੋ ਗਏ ਮੈਨੂੰ ਵੇਖਦੇ ਨੂੰ ਜਦੋਂ ਅਗਲੀ ਫੂਸੀ ਖੁੱਲਦੀ ਹੈ ਨਾ ਪਿਛਲੇ ਪੇਪਰ ਸਾਲ ਆ ਜਿਹੜੇ ਨਹੀਂ ਨਿਕਲੇ ਹੁੰਦੇ ਕੋਟਿਆਂ ਦੇ ਵਿੱਚ ਆਏ ਪਏ ਆ ਉਹ ਪਹਿਲਾਂ ਕੱਢ ਦਿੰਦੇ ਆ ਉਹ ਸੋ ਪਿਛਲੇ ਵੀ ਮੈਸ ਨਾ ਕਰਿਓ ਤੇ ਅਗਲੇ ਵੀ ਜ਼ਰੂਰ ਪੇਪਰ ਪਰਵਾ ਦਿਓ ਅਗੇ ਐ ਵੀਰ ਮੇਰਾ ਕਹਿੰਦਾ ਭਈ 22 ਨੂੰ ਆਇਆ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਏ ਵੀਰ ਮੇਰੇ ਉਹ ਭਈ ਬਹੁਤ ਮੈਨੂੰ ਮੈਸੇਜ ਵੀ ਆ ਰਹੇ ਆ ਵੀਰ ਡਰੇ ਖੜਿਆ ਪਤਾ ਨਹੀਂ ਯਾਰ ਕਿਹੜੇ ਕਿਹੜੇ ਸੋਸ਼ਲ ਮੀਡੀਆ ਦੇ ਵੀਡੀਓ ਪਾਈ ਜਾਂਦੇ ਆ ਵੀ ਜੇ ਰੋਮਾ ਏਅਰਪੋਰਟ ਉੱਤਰ ਰੋਮ ਏਅਰਪੋਰਟ ਉਤਰੋਂਗੇ ਤਾਂ ਪਤਾ ਨਹੀਂ ਉਥੇ ਕਿਹੜਾ ਬੰਬ ਫਟ ਕੀਤਾ ਭਈ ਉਹ ਤੁਹਾਨੂੰ ਬਲਾਸਟ ਕਰ ਦੂਗਾ ਵੀ ਉਹ ਕਾਬੂ ਕਰ ਲੈਣਗੇ ਵੀਰ ਮੇਰਾ ਇਟਲੀ ਦੇ ਕਿਸੇ ਵੀ 에어ਪੋਰਟ ਤੇ ਉਤਰੋਂਗੇ ਨਾ ਕਿਸੇ ਵੀ ਪਾ ਰੋਮ ਉਤਰੋ ਪਲਾ ਉਤਰੋ ਮਿਲਾਨ ਪਾ ਉਤਰੋ ਹੋਰ ਕਿਸੇ ਵੀ ਇਮੀਗ੍ਰੇਸ਼ਨ ਤੁਹਾਡੀ 100% ਜਿਹੜੀ ਚੈੱਕ ਹੋਣੀ ਹੋਣੀ ਆ 100% ਤੁਹਾਡੇ ਪਾਸਪੋਰਟ ਤੇ ਵੀ ਲਿਖਿਆ ਇਮੀਗ੍ਰੇਸ਼ਨ ਚੈੱਕ ਰਿਕੁਆਇਰਡ ਠੀਕ ਹੈ ਕਿਤੇ ਵੀ ਉਤਰ ਜੋ ਕਿਸੇ ਦੀਆਂ ਗੱਲਾਂ ਜਨਾਵ ਜਿੱਥੋਂ ਦੇ ਤੁਹਾਡੇ ਪੇਪਰ ਆ ਜਿਹੜੇ ਜ਼ਿਲ੍ਹੇ ਦੇ ਤੁਹਾਡੇ ਪੇਪਰ ਆ ਇਟਲੀ ਦੇ ਜਿਹੜੇ ਏਰੀਏ ਦੇ ਪੇਪਰ ਆ ਉਸ ਏਰੀਆ ਦੀ ਜੇ ਤੁਸੀਂ ਟਿਕਟ ਕਰਾਉਂਗੇ ਪਲਾਂ ਹੋ ਗਿਆ ਰੋਮ ਤੇ ਪਲਾਂ ਹੋ ਗਿਆ ਮਿਲਾਨ ਹਨਾ ਬੇਫਿਕਰ ਹੋ ਕੇ ਉੱਤਰਿਆ ਆ ਮੇਰੇ ਵੀਰ ਨੇ ਕਮੈਂਟ ਕੀਤਾ ਮੈਂ ਤੁਹਾਨੂੰ ਲਾਈਵ ਵੀ ਦਿਖਾਇਆ 22 ਤਰੀਕ ਨੂੰ ਮੇਰਾ ਵੀਰ ਉਤਰਿਆ ਅੱਜ 24 ਹੋ ਗਈ ਹੈ ਕੋਈ ਪ੍ਰੋਬਲਮ ਨਹੀਂ ਆਈ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਚੱਕਰ ਨਹੀਂ ਡਰਨ ਦੀ ਲੋੜ ਨਹੀਂ ਹੈ ਇੱਥੇ ਕਹੀ ਜਾਂਦੇ ਆ ਤੁਸੀਂ ਰੋਮ ਉਤਰਨਾ ਨਹੀਂ ਮਿਲਾਨ ਆ ਜਾਓ ਮਨ ਲੋ ਮਿਲਾਨ ਵਾਲਿਆਂ ਨੇ ਕਿਹਾ ਵੀ ਤੁਹਾਡਾ ਜੇ ਏਰੀਆ ਰੋਮ ਪੈਂਦਾ ਤੁਸੀਂ ਇੱਥੇ ਕੀ ਉਹਦੇ ਆਖਣ ਚਿੱਕੂ ਲੈਣ ਆਏ ਆ ਬਈ ਤੁਸੀਂ ਰੋਮ ਦੀ ਟਿਕਟ ਕਿਉਂ ਨਹੀਂ ਕਰੀ ਫੇਰ ਤੁਹਾਡੇ ਕੋਲ ਕੋਈ ਜਵਾਬ ਹੈਗਾ ਤੁਸੀਂ ਜਿਹੜਾ ਏਰੀਆ ਹੈਗਾ ਤੁਸੀਂ ਵੀਰ ਮੇਰੇ ਬਈ ਇੱਕ ਨੰਬਰ ਚਾ ਰਹੇ ਆ ਤੁਹਾਡੇ ਕੋਲੇ ਨੂੰ ਲਾ ਹਾਸਤਾ ਤੁਹਾਡੇ ਕੋਲੇ ਵੀਜ਼ਾ ਜਿਹੜਾ ਅੰਬੈਸਡੀ ਨੇ ਦਿੱਤਾ ਜਿਹੜਾ ਇਟਲੀ ਸਰਕਾਰ ਨੇ ਵੀਜ਼ਾ ਲਾਇਆ ਉਹ ਹੈਗਾ ਡਰਨੀ ਕੀ ਲੋੜ ਤੁਸੀਂ ਕਿਹੜਾ ਚੋਰ ਆ ਵਿਚ ਚੋਰੀ ਆ ਰਹੇ ਹਨ ਜੋ ਡੌਕੀ ਲਾ ਕੇ ਆ ਰਹੇ ਹਨ ਇੱਕ ਨੰਬਰ ਚਾ ਰਹੇ ਹਨ ਵੀਜ਼ਾ ਹੈਗਾ ਸਾਰਾ ਕੁਝ ਪੇਪਰ ਹੱਥ 'ਚ ਆ ਪਾ ਰੋਮ ਉਤਰੋ ਪਨਾ ਉਤਰੋ ਮਿਲਾਨ ਇਹ ਐਵੇਂ ਨਾ ਕਿਹੇ ਸੋਸ਼ਲ ਮੀਡੀਆ ਤੇ ਕਿਹੇ ਯੂਟਿਊਬਰ ਦੀਆਂ ਕਿਹੇ ਇੰਸਟਾਗ੍ਰਾਮ ਵਰਦੀਆਂ ਗੱਲਾਂ ਜਨਾ ਆਇਆ ਕਰੋ ਬਈ ਤੁਸੀਂ ਇੱਕ ਨੰਬਰ ਚਾ ਰਹੇ ਹੋ ਸਾਰਾ ਕੁਝ ਤੁਹਾਡੇ ਕੋਲ ਦਾ ਬੇਫਿਕਰ ਹੋ ਬਈ ਟਿਕਟ ਕਰਾ ਕੇ ਆਦਾ ਉਤਰ ਜੋ ਮੇਰੇ ਵੀਰ ਰੋਮ ਉਤਰੋ ਮਿਲਾਨ ਉਤਰੋ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂ ਇਮੀਗ੍ਰੇਸ਼ਨ ਚ ਇਹ ਕਹੂਗੀ ਜੇ ਉਹਨਾਂ ਨੂੰ ਕਿਸੇ ਬੰਦੇ ਦੇ ਡਾਊਟ ਪਿਆ ਡਾਊਟ ਕਿਹਦੇ ਤੇ ਪੈਂਦਾ ਨੰਬਰ 1 ਮੇਰੀ ਗੱਲ ਸੁਣ ਲੋ ਡਾਊਟ ਉਹਦੇ ਤੇ ਪੈਂਦਾ ਜੇ ਕਿਸੇ ਦਾ ਮੈਂ ਮੈਂ ਪਹਿਲਾਂ ਵੀ ਦੱਸ ਕਿਹਾ ਮੈਚ ਕਰ ਜਾਂਦਾ ਕਿਸੇ 100 ਚੋਂ ਹਜ਼ਾਰ ਚੋਂ ਇੱਕ ਅੱਧੇ ਬੰਦੇ ਦਾ ਕਰਦਾ ਮਿਸਮੈਚ ਜਿਵੇਂ ਅਪਾਇੰਟਮੈਂਟ ਦਾ ਮੀ ਮਿਸਮੈਚ ਹੋ ਗਿਆ ਇਹ ਕਿਸੇ ਦਾ ਨਾਮ ਜਾਂ ਡੇਟ ਆਫ ਬਰਥ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਜਿਹੜਾ ਤੁਹਾਡੇ ਰਿਪੋਰਟ ਹੋਇਆ ਹੋਵੇ ਜਾਂ ਕਿਸੇ ਕਾਰਨ ਕਰਕੇ ਨਾ ਉਹ ਇਹਨਾਂ ਜੇ ਕਿਤੇ ਮੈਚ ਕਰ ਗਿਆ ਫੇਰ ਉਹਨੂੰ ਬਿਠਾ ਕੇ ਉਹਦੀ ਇਨਕੁਆਰੀ ਹੁੰਦੀ ਹੈ ਪਾਸਪੋਰਟ ਦੀ ਸਾਰੀ ਇਨਕੁਆਰੀ ਹੁੰਦੀ ਹੈ ਉਹ ਬੰਦੇ ਨੂੰ ਕੁਝ ਨਹੀਂ ਪੁੱਛਦੇ ਠੀਕ ਹੈ ਜਿਦਾਂ ਏਅਰਪੋਰਟ ਤੇ ਬਿਠਾਇਆ ਉਹਨੂੰ ਕੁਝ ਨਹੀਂ ਪੁੱਛਦੇਗੇ ਉਹਦੀ ਇਨਕੁਆਰੀ ਹੁੰਦੀ ਹੈ ਚੈੱਕ ਕਰਦੇ ਆ ਵੀ ਇਹ ਬੰਦਾ ਇਹ ਉਹ ਤਾਂ ਨਹੀਂ ਜਿਹੜਾ ਨਹੀਂ ਕੋਸਾ ਨਿਕਲਦਾ ਜਿਹੜਾ ਬੰਦਾ ਹੀ ਹੈ ਨਹੀਂ ਉਹ ਹਨਾ ਤੇ ਫਿਰ ਜਾਓ ਇਹ ਨਹੀਂ ਵੀ ਤੁਹਾਨੂੰ ਬਾ ਆ ਕੇ ਪੁੱਛਣੇ ਕੋਈ ਨਹੀਂ ਤੁਹਾਨੂੰ ਉੱਥੇ ਕਿਸੇ ਨੇ ਨਹੀਂ ਪੁੱਛਣਾ ਬਿਠਾ ਕੇ ਵੀ ਤੂੰ ਤੇਰਾ ਮਾਲਕ ਕੌਣ ਤੂੰ ਕਿਹਦੇ ਕੋਲ ਆਇਆ ਤੂੰ ਤੇ ਮਤਲਬ ਕਿਹੜੇ ਪੇਪਰ ਆ ਤੇਰੇ ਹਨਾ ਵੀ ਕਿਹੜਾ ਕਿਹੜੇ ਕੰਮ ਤੇ ਜਾ ਰਹਿਆ ਐੋ ਜੀ ਇਨਕੁਆਰੀ ਨਾ ਤਾਂ ਅ ਦਿੱਲੀ ਹੁੰਦੀ ਆ ਇੰਡੀਆ ਹੁੰਦੀ ਆ ਤੇ ਨਾ ਹੀ ਇਥੇ ਉੱਤਰ ਕੇ ਹੁੰਦੀ ਆ ਇਸ ਗੱਲੋਂ ਮੇਰੇ ਵੀਰ ਬੇਫਿਕਰ 100% ਬੇਫਿਕਰ ਰੋ ਤੁਹਾਡੇ ਕੋਲੇ ਸਾਰੇ ਪੇਪਰ ਫੋਟੋਕਾਪਿੰਗ ਹੱਥ ਚ ਹੋਣੀਆਂ ਚਾਹੀਦੀਆਂ ਕਿਉਂਕਿ ਨਾ ਤਾਂ ਇਹਨਾਂ ਨੂੰ ਪੰਜਾਬੀ ਆਉਂਦੀ ਆ ਤੇ ਨਾ ਹੀ ਤੁਹਾਨੂੰ ਨਵੇਂ ਬੰਦਿਆਂ ਨੂੰ ਇਟਾਲੀ ਨਾਉਂਦੀਆਂ ਹਨਾ ਉਹਨਾਂ ਨੇ ਸਾਰੇ ਪੇਪਰ ਵੇਖਣੇ ਆ ਸਾਰੇ ਪੇਪਰ ਤੁਹਾਡੇ 1 ਨੰਬਰ ਦੇ ਆ ਬੇਫਿਕਰ ਹੋ ਕੇ ਚੜਜੋ ਕਿਸੇ ਦੀਆਂ ਗੱਲਾਂ ਚਾਉਣ ਦੀ ਲੋੜ ਨਹੀਂ ਐਸੇ ਡਰੋਂ ਵਾਲੇ ਬਥੇਰੇ ਸੋਸ਼ਲ ਮੀਡੀਆ ਤੇ ਤੁਰੇ ਫਿਰਦੇ ਆ ਵੀ ਤੁਸੀਂ ਉੱਧਰ ਨਹੀਂ ਉੱਤਰ ਜਾਣਾ ਅੱਛਾ ਅੱਗੇ ਇੱਕ ਮੇਰੇ ਵੀਰ ਦਾ ਕਮੈਂਟ ਸੀ ਵੀਰ ਜੀ ਮੇਰੀ ਗੱਲ ਦਾ ਜਵਾਬ ਜ਼ਰੂਰ ਦੇ ਜਨਵਰੀ ਮਹੀਨੇ ਦੇ ਪੇਪਰ ਨਿਕਲੇ ਆ ਤੇ ਏਜੰਟ ਮੈਨੂੰ ਅਪਾਇੰਟਮੈਂਟ ਨਹੀਂ ਮਿਲੀ ਅਜੇ ਤੱਕ ਏਜੰਟ ਨੇ ਬਹੁਤ ਧੋਖਾ ਕੀਤਾ ਤੇ ਬਹੁਤ ਲਾਰੇ ਲਾਏ ਤੇ ਹੁਣ ਪੇਪਰ ਐਕਸਪਾਇਰ ਹੋ ਗਿਆ ਅ 15 ਦਿਨ ਵਾਲੀ ਮੈਂ ਅਪਾਇੰਟਮੈਂਟ ਸਬਮਿਟ ਫਿਲ ਕਰਤੀ ਸੀਗੀ 298900 ਪਲੱਸ ਨੰਬਰ ਹੈ ਨਾ ਇਹ ਮਿਲ ਸਕਦੀ ਕਿ ਨਹੀਂ ਮਿਲੂਗੀ ਵੀਰੇ ਬੇਫਿਕਰ ਹੋ ਜਾ ਜੇ ਫਾਈਲ ਸਬਮਿਟ ਹੋ ਗਈ ਨਾ ਅਪਾਇੰਟਮੈਂਟ ਵੀ ਆ ਜਾਊਗੀ ਕੋਈ ਚੱਕਰ ਨਹੀਂ ਅ ਸਰਪੰਚ ਵਾਲਾ ਐਫੀਡਵਿਟ ਨਹੀਂ ਲੱਗਦਾ ਯਾਰ ਸਰਪੰਚ ਚਲੇ ਨਹੀਂ ਛੱਡਿਆ ਕਰੋ ਕੁਝ ਨਹੀਂ ਲੱਗਦਾ ਸਰਪੰਚ ਦਾ ਜਾਂ ਹੋਰ ਕੁਝ ਇਧਰੋਂ ਕੁਝ ਨਹੀਂ ਲੱਗਦਾਗਾ ਜਿਹੜੇ ਪੇਪਰ ਇਧਰੋਂ ਜਾਂਦੇ ਆ ਉਹ ਤੇ ਆਪਣੇ ਜਿਹੜੇ ਡੰਮੀ ਟੈਕਟਰਿੰਗ ਚੋਰੈਂਸ ਇਹ ਹੋਣਾ ਚਾਹੀਦਾ ਐ ਜਦੋਂ ਆਪਾਂ ਦਿੱਲੀ ਜਾਂਦੇ ਹਾਂ ਕਿੰਨੇ ਆਪਾਂ ਪੇਪਰ ਜਮ੍ਹਾਂ ਕਰਾਉਣ ਦਿੱਲੀ ਜਾਂਦੇ ਕਿੰਨੇ ਪੈਸੇ ਲੈ ਕੇ ਜਾਣੇ ਚਾਹੀਦੇ ਆ ਵੀ ਮੇਰੇ ਵੀ ਤਕਰੀਬਨ ਤਕਰੀਬਨ 15000 ਪਲੱਸ ਰੁਪਿਆ ਲੈ ਕੇ ਜਾਇਆ ਕਰੋ ਦਿੱਲੀ ਜਾਂਦੇ ਤਾਂ 14000 ਪਲੱਸ ਕੁਛ ਤਾਂ ਬੈਸੀ ਦੇ ਵਿੱਚ ਹੀ ਤੋਂ ਤੇ ਕੋ ਉਹ ਲੈਨੇ ਉਹਨਾਂ ਨੇ ਹਣਾ ਬਾਕੀ ਤੁਹਾਡੇ ਕੋਲੇ ਵੀ ਖਰਚਾ ਹੋਣਾ ਚਾਹੀਦਾ ਨਾ ਰੋਟੀ ਪਾਣੀ ਦਾ 15000 ਪਲੱਸ ਰੁਪਏ ਲੈ ਕੇ ਜਾਇਆ ਕਰੋ ਦਿੱਲੀ ਅੰਬੈਸੀ ਦੇ ਵਿੱਚ ਪੇਪਰ ਜਮ੍ਹਾਂ ਕਰਾਉਣ ਲਈ ਤੇ ਅੱਗੇ 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 ਦੋਸਤੋ ਇਹੀ ਸੀਗੀ ਮੇਰੇ ਮੇਜ ਜੀ ਅਪਡੇਟ ਮੇਰੇ ਮੇਜ ਜੀ ਜਾਣਕਾਰੀ ਮੈਂ ਤੁਹਾਨੂੰ ਪਤਾ ਮੈਂ ਜਿਹੜੀ ਗੱਲ ਸ਼ੇਅਰ ਕਰਦਾ ਹੁੰਦਾ ਥੋੜੀ ਜੀ ਡਿਟੇਲ ਨਾਲ ਸ਼ੇਅਰ ਕਰਦਾ ਹਾਂ ਨਾ ਬਾਕੀ ਜੇ ਮੈਂ ਤੁਹਾਨੂੰ ਦੱਸਿਆ ਵੀ ਇਹਨੇ ਫਰੈਂਸ ਨੰਬਰ ਮੇਰੇ ਕੋਲ ਨਹੀਂ ਜਾਣਕਾਰੀ ਪਹੁੰਚੀ ਵੀ ਕਿੱਥੋਂ ਤੱਕ ਪਹੁੰਚ ਗਿਆ ਦਿੱਲੀ ਜਲੰਧਰ ਤੇ ਚੰਡੀਗੜ੍ਹ ਦਾ ਤੇ ਜਿਹੜੀ ਮੇਨ ਅਪਡੇਟ ਸੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਆ ਸੋ ਮਿਲਦੇ ਆ ਅਗਲੀ ਅਪਡੇਟ ਸਸਤੀ ਕਸਰ ਨੂੰ ਰੱਬ ਰੱਖਾ